स्पेशल MR ਬੱਚਿਆਂ ਦਾ ਸੀ ਅਸੀਂ ਜੋ ਅਲੱਗ-ਅਲੱਗ ਸਕੂਲਾਂ ਤੋਂ ਆਏ ਨੇ ਉਹਨਾਂ ਦਾ ਅਸੀਂ ਅੱਜ ਫੈਸ਼ਨ ਸ਼ੋਅ ਕਰਵਾ ਰਹੇ ਹਾਂ। ਅਸੀਂ ਬੱਚਿਆਂ ਨੂੰ ਅੱਜ ਯੂਥ ਨੂੰ ਅਸੀਂ ਮੈਸੇਜ ਦੇ ਸਕੀਏ ਕਿ ਤੁਸੀਂ ਇਹਨਾਂ ਬੱਚਿਆਂ ਦੇ ਨਾਲ ਆਓ, ਵਾਕ ਕਰੋ ਤੇ ਇਹਨਾਂ ਨੂੰ ਵੀ ਖੁਸ਼ੀਆਂ ਤੁਸੀਂ ਵੰਡ ਸਕਦੇ ਹੋ। ਅਗਰ ਅਸੀਂ ਇਕੱਠੇ ਹੋ ਜਾਈਏ ਤਾਂ ਮੈਨੂੰ ਲੱਗਦਾ ਕਿ ਨਫ਼ਰਤਾਂ ਤੋਂ ਦੂਰ ਹੋ ਜਾਣਗੇ। ਅੱਜ ਦਾ ਯੂਥ ਇਹੀ ਚੀਜ਼ ਸਿੱਖੇਗਾ ਕਿ ਅਸੀਂ ਮਿਲ ਜੁਲ ਕੇ ਖੁਸ਼ੀਆਂ ਵੰਡੀਏ। ਤੇ ਇਹ ਜਿਹੜੇ ਬੱਚੇ ਨੇ ਇਹ ਕਿਸੇ ਤੋਂ ਘੱਟ ਨਹੀਂ ਹੈ। ਇਹਨਾਂ ਦਾ ਫੈਸ਼ਨ ਸ਼ੋਅ ਇਸੇ ਲਈ ਕਰਵਾਇਆ ਗਿਆ ਹੈ। ਉਹ ਇਕੱਲੇ-ਇਕੱਲੇ ਵਾਕ ਵੀ ਕੀਤੀ ਉਹਨਾਂ ਨੇ ਤੇ ਮੈਂਬਰਸ ਨਾਲ ਵੀ ਵਾਕ ਕਰਕੇ ਉਹਨਾਂ ਨੇ ਸਭ ਨੂੰ ਦਿਖਾ ਰਹੇ ਕਿ ਯੈਸ ਵੀ ਕੈਨ ਡੂ। ਬੱਚਿਆਂ ਨੇ ਇੰਨਾ ਜ਼ਿਆਦਾ ਇੰਜੋਏ ਕੀਤਾ ਹੈ, ਬਹੁਤ ਅੱਛਾ ਲੱਗ ਰਿਹਾ ਉਹਨਾਂ ਨੂੰ ਦੇਖ ਕੇ। ਅਤੇ ਅਸੀਂ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਵਿੱਚ ਇੰਨੀ ਜ਼ਿਆਦਾ ਐਮਪਥੀ ਹੈ ਕਿ ਸਾਡੇ ਬੱਚੇ ਜਿਹੜੇ ਹੈ ਉਹੀ ਇਹਨਾਂ ਬੱਚਿਆਂ ਨੂੰ ਅੱਗੇ ਪ੍ਰਮੋਟ ਕਰਨਗੇ। ਹੈਲੋ, ਨਮਸਤੇ, ਸਤਿ ਸ਼੍ਰੀ ਅਕਾਲ ਆਦਾਬ ਦੋਸਤੋ। ਮੈਂ ਤੁਹਾਡਾ ਦੋਸਤ ਹਰਦੀਪ ਦੁਆ, ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਦੋਸਤੋ, ਸਮਾਜ ਵਿੱਚ ਲੁਧਿਆਣਾ ਦੇ ਗੁਰੂ ਨਾਨਕ ਖਾਲਸਾ ਕਾਲਜ ਫੋਰ ਵੂਮੈਨਸ ਦੇ ਵਿੱਚ ਮਿਸ਼ਨ ਸਮਾਈਲ ਦੇ ਵੱਲੋਂ ਬਹੁਤ ਧੂਮਧਾਮ ਦੇ ਨਾਲ ਅੱਜ ਬਸੰਤ ਪੰਚਮੀ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਔਰ ਡਾਂਸ ਐਕਟੀਵਿਟੀਜ਼ ਕਰਵਾਈ ਜਾ ਰਹੀ ਹੈ, ਉਸ ਦੇ ਨਾਲ ਨਾਲ ਫੈਸ਼ਨ ਸ਼ੋਅ ਵੀ ਕਰਾਇਆ ਜਾ ਰਿਹਾ। ਸਾਡੇ ਨਾਲ ਗੱਲ ਕਰਨ ਲਈ ਮੌਜੂਦ ਹੈਗੇ ਨੇ ਸੋਨੀਆ ਛਾਬੜਾ ਜੀ, ਤੇ ਜਾਣਦੇ ਕਿਸ ਪ੍ਰਕਾਰ ਨਾਲ ਮਿਸ਼ਨ ਸਮਾਈਲ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਬਸੰਤ ਪੰਚਮੀ ਸਪੈਸ਼ਲੀ ਕਾਲਜ ਦੇ ਵਿੱਚ ਅੱਜ। ਕਹਿੰਦੇ ਨਾ ਬੱਚੇ ਰੱਬ ਦਾ ਰੂਪ ਹੁੰਦੇ ਨੇ, ਬਟ ਕੁਝ ਖਾਸ ਬੱਚੇ ਰੱਬ ਹੀ ਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਸੋਨੀਆ ਛਾਬੜਾ, ਪ੍ਰੈਜ਼ੀਡੈਂਟ ਆਫ ਮਿਸ਼ਨ ਸਮਾਈਲ NGO। ਅੱਜ ਅਸੀਂ ਸਪੈਸ਼ਲ MR ਬੱਚਿਆਂ ਦਾ ਅਸੀਂ ਜੋ ਅਲੱਗ-ਅਲੱਗ ਸਕੂਲਾਂ ਤੋਂ ਆਏ ਨੇ ਉਹਨਾਂ ਦਾ ਅਸੀਂ ਅੱਜ ਫੈਸ਼ਨ ਸ਼ੋਅ ਕਰਵਾ ਰਹੇ ਹਾਂ ਗੁਰੂ ਨਾਨਕ ਖਾਲਸਾ ਕਾਲਜ ਫੋਰ ਵੂਮੈਨ ਦੇ ਵਿੱਚ। ਮੈਂ ਥੈਂਕਸ ਕਰਨਾ ਚਾਹੁੰਦੀ ਹਾਂ ਪੂਰੀ ਗੁਰੂ ਨਾਨਕ ਖਾਲਸਾ ਕਾਲਜ ਦੀ ਟੀਮ ਦਾ ਔਰ ਮਨੀਤਾ ਮੈਮ ਦਾ, ਜਿਨ੍ਹਾਂ ਨੇ ਸਾਨੂੰ ਇਹ ਓਪਰਚੁਨਿਟੀ ਦਿੱਤੀ ਕਿ ਅੱਜ ਅਸੀਂ ਬੱਚਿਆਂ ਨੂੰ, ਅੱਜ ਯੂਥ ਨੂੰ ਅਸੀਂ ਮੈਸੇਜ ਦੇ ਸਕੀਏ ਕਿ ਤੁਸੀਂ ਇਹਨਾਂ ਬੱਚਿਆਂ ਦੇ ਨਾਲ ਆਓ, ਵਾਕ ਕਰੋ ਤੇ ਇਹਨਾਂ ਨੂੰ ਵੀ ਖੁਸ਼ੀਆਂ ਤੁਸੀਂ ਵੰਡ ਸਕਦੇ ਹੋ। ਅਗਰ ਅਸੀਂ ਇਕੱਠੇ ਹੋ ਜਾਈਏ ਤਾਂ ਮੈਨੂੰ ਲੱਗਦਾ ਕਿ ਨਫ਼ਰਤਾਂ ਤੋਂ ਦੂਰ ਹੋ ਜਾਣਗੇ। ਅੱਜ ਦਾ ਯੂਥ ਇਹੀ ਚੀਜ਼ ਸਿੱਖੇਗਾ ਕਿ ਅਸੀਂ ਮਿਲ ਜੁਲ ਕੇ ਖੁਸ਼ੀਆਂ ਵੰਡੀਏ। ਤੇ ਇਹ ਜਿਹੜੇ ਬੱਚੇ ਨੇ ਇਹ ਕਿਸੇ ਤੋਂ ਘੱਟ ਨਹੀਂ ਹੈ। ਇਹਨਾਂ ਦਾ ਫੈਸ਼ਨ ਸ਼ੋਅ ਇਸੇ ਲਈ ਕਰਵਾਇਆ ਗਿਆ ਹੈ। ਉਹ ਇਕੱਲੇ-ਇਕੱਲੇ ਵਾਕ ਵੀ ਕੀਤੀ ਉਹਨਾਂ ਨੇ ਤੇ ਮੈਂਬਰਸ ਨਾਲ ਵੀ ਵਾਕ ਕਰਕੇ ਉਹਨਾਂ ਨੇ ਸਭ ਨੂੰ ਦਿਖਾ ਰਹੇ ਕਿ ਯੈਸ ਵੀ ਕੈਨ ਡੂ। ਸਾਨੂੰ ਆਮ ਬੱਚਿਆਂ ਦੀ ਤਰ੍ਹਾਂ ਹੀ ਸਮਝੋ, ਸਾਨੂੰ ਇਹ ਨਾ ਸਮਝੋ ਕਿ ਅਸੀਂ ਕੁਝ ਨਹੀਂ ਕਰ ਸਕਦੇ। ਉਹ ਬੱਚੇ ਵੀ ਬਹੁਤ ਕੁਝ ਕਰਦੇ, ਪੇਂਟਿੰਗਸ ਬਣਾ ਕੇ ਲੈ ਕੇ ਆਏ ਨੇ, ਬਹੁਤ ਸੋਹਣੀਆਂ ਸੋਹਣੀਆਂ। ਤੁਸੀਂ ਖੁਦ ਦੇਖੋ ਔਰ ਉਹਨਾਂ ਬੱਚਿਆਂ ਨੂੰ ਹੁੰਗਾਰਾ ਭਰੋ ਔਰ ਇੱਦਾਂ ਹੀ ਬੱਚਿਆਂ ਨੂੰ ਅੱਗੇ ਹੈਲਪ ਆਊਟ ਕਰੋ ਇਹਨਾਂ ਬੱਚਿਆਂ ਨੂੰ, MR ਨੂੰ, ਕਿਉਂਕਿ ਇਹ ਰੱਬ ਦੀ ਦਿੱਤੀ ਹੋਈ ਨਿਆਮਤ ਨੇ। ਇਹਨਾਂ ਬੱਚਿਆਂ ਨੂੰ ਅਸੀਂ ਸੰਭਾਲ ਕੇ ਰੱਖੀਏ ਤਾਂ ਮੈਨੂੰ ਲੱਗਦਾ ਹੈ ਕਿ ਇਹ ਬੱਚੇ ਵੀ ਅੱਗੇ ਕਿਧਰੇ ਵੱਧ ਕੇ ਕੁਛ ਨਾ ਕੁਛ ਜ਼ਿੰਦਗੀ ਜ਼ਰੂਰ ਅਚੀਵ ਕਰ ਸਕਦੇ ਹੈ। ਸੋ ਇਹਨਾਂ 'ਤੇ ਤਰਸ ਨਾ ਖਾਓ, ਇਹਨਾਂ ਨਾਲ ਪਿਆਰ ਜਿਤਾਓ ਅਤੇ ਪੈਸਿਆਂ ਦੀ ਲੋੜ ਨਹੀਂ, ਆਪਣੇ ਤੁਹਾਡੇ ਟਾਈਮ ਦੀ ਲੋੜ ਹੈ ਅਤੇ ਖੁਸ਼ੀਆਂ ਵੰਡਣ ਦੀ ਲੋੜ ਹੈ। ਇਹ ਵੀ ਦਰਸ਼ਕਾਂ ਨੂੰ ਦੱਸ ਸਕੋ ਬਸੰਤ ਪੰਚਮੀ ਕਿਉਂ ਮਨਾਈ ਜਾਂਦੀ ਹੈ, ਕੀ ਕੀਤਾ ਜਾਂਦਾ? ਬਸੰਤ ਪੰਚਮੀ ਕਹਿੰਦੇ ਨਾ ਕਿ ਨਵਾਂ ਇੱਕ ਸਾਡਾ ਹੁਣ ਸਾਲ ਵੀ ਨਵਾਂ ਚੜ੍ਹ ਰਿਹਾ ਵੈ ਅਤੇ ਇੱਕ ਆਪਣਾ ਜਿਹੜਾ ਵਿੰਟਰਸ ਖਤਮ ਹੋ ਰਹੀਆਂ ਨੇ ਅਤੇ ਸਰਸਵਤੀ, ਮਾਂ ਸਰਸਵਤੀ ਦਾ ਇਹ ਦਿਨ ਹੈ ਔਰ ਮਾਂ ਸਰਸਵਤੀ ਵੀ ਇਹੀ ਮੈਸੇਜ ਦਿੰਦੀ ਹੈ ਕਿ ਹਰ ਪਾਸੇ ਫੁੱਲਾਂ ਦੀ ਬਹਾਰ ਜਿਹੜੀ ਨਵੀਂ ਛਾਏ, ਨਵਾਂ ਜਿਹੜਾ ਫੁੱਲਾਂ ਦੀ ਬਹਾਰ ਦੀ ਤਰ੍ਹਾਂ ਤੁਸੀਂ ਵੀ ਖਿਲੇ ਰਹੋ ਅਤੇ ਸਾਰਿਆਂ ਨੂੰ ਅੱਗੇ ਤੁਸੀਂ ਖਿਲਾਉਂਦੇ ਵੀ ਰਹੋ, ਉਹਨਾਂ ਦੀ ਹੈਲਪ ਕਰਦੇ ਰਹੋ ਅਤੇ ਖੁਸ਼ੀਆਂ ਵੰਡਦੇ ਰਹੋ। ਬਸੰਤ ਪੰਚਮੀ ਵੀ ਇਹੀ ਕਹਿੰਦੀ ਕਿ ਨਵੇਂ ਸਾਲ ਦਾ ਆਗਮਨ ਹੋਇਆ ਹੈ ਜਿਹੜਾ, ਔਰ ਫੁੱਲਾਂ ਦੀ ਤਰ੍ਹਾਂ ਹਰ ਚਿਹਰਾ ਖਿੜਿਆ ਰਵੇ ਅਤੇ ਬਸੰਤ ਆਪਾਂ ਇੱਦਾਂ ਹੀ ਸੈਲੀਬ੍ਰੇਟ ਕਰਦੇ ਰਹੀਏ। ਪੀਲੇ ਰੰਗ ਦੀ ਬਸੰਤ ਖਾਸ, ਮਾਂ ਸਰਸਵਤੀ ਦਾ ਦਿਨ ਹੈ, ਉਹਨਾਂ ਦਾ ਫੇਵਰੇਟ ਪੀਲਾ ਰੰਗ। ਪੀਲਾ ਰੰਗ ਇਹੀ ਦਰਸਾਉਂਦਾ ਕਿ ਸਭ ਖੁਸ਼ੀਆਂ, ਹਰ ਜਗ੍ਹਾ ਖੁਸ਼ੀਆਂ ਵੰਡਦੀਆਂ ਰਹਿਣ। ਕੀ ਕਹਿਣਾ ਚਾਹੋਗੇ ਤੁਸੀਂ, ਕਿੱਦਾਂ ਸੈਲੀਬ੍ਰੇਟ ਕਰ? ਸਤਿ ਸ਼੍ਰੀ ਅਕਾਲ ਜੀ, ਮੈਂ ਮਿਸ਼ਨ ਸਮਾਈਲ ਤੋਂ ਰਿੰਪੀ ਕੁਕਰੇਜਾ। ਅੱਜ ਅਸੀਂ ਸਾਡੀ ਪੂਰੀ ਟੀਮ, ਮਿਸ਼ਨ ਸਮਾਈਲ ਦੀ ਪੂਰੀ ਟੀਮ, KCW ਮਾਡਲ ਟਾਊਨ ਸਕੂਲ ਵਿੱਚ ਆਏ ਹਾਂ ਔਰ ਇੱਥੇ ਅਸੀਂ 4 ਸਕੂਲਾਂ ਨੂੰ ਨਾਲ ਲੈ ਕੇ ਆਏ ਹਾਂ। ਸਪੈਸ਼ਲ ਬੱਚੇ ਨੇ ਜਿਹੜੇ ਰੱਬ ਵੱਲੋਂ ਸਪੈਸ਼ਲ ਬਣਾਏ ਜਾਂਦੇ ਨੇ, ਉਹ ਵਾਲੇ ਬੱਚਿਆਂ ਨਾਲ ਅੱਜ ਇੱਥੇ ਅਸੀਂ ਇੰਜੋਏ ਕਰ ਰਹੇ ਹਾਂ। ਉਹ ਬੱਚਿਆਂ ਨੂੰ ਰੈਂਪ ਵਾਕ ਕਰਵਾਈ ਹੈ, ਉਹ ਬੱਚਿਆਂ ਨੇ ਇੰਨਾ ਜ਼ਿਆਦਾ ਇੰਜੋਏ ਕੀਤਾ ਕਿ ਬਹੁਤ ਅੱਛਾ ਲੱਗ ਰਿਹਾ ਉਹਨਾਂ ਨੂੰ ਦੇਖ ਕੇ। ਅਤੇ ਇਸ ਤਰ੍ਹਾਂ ਅੱਜ ਅਸੀਂ ਇੱਥੇ ਬਸੰਤ ਪੰਚਮੀ ਮਨਾ ਰਹੇ ਹਾਂ ਅਤੇ ਨਾਲੇ ਰਿਪਬਲਿਕ ਡੇ ਵੀ ਇੱਥੇ ਇੱਦਾਂ ਹੀ ਮਨਾਵਾਂਗੇ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ। ਹੁਣ ਸਾਡੇ ਨਾਲ ਗੱਲ ਕਰਨ ਮੌਜੂਦ ਹੈਗੇ ਨੇ ਕਾਲਜ ਦੇ ਪ੍ਰਿੰਸੀਪਲ ਮੈਮ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਮਨੀਤਾ ਕਾਲੋਂ, ਤੁਹਾਨੂੰ ਸਭ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਪਿਆਰ ਭਰੀ। ਮੈਮ, ਕਿੱਦਾਂ ਮਨਾ ਰਹੇ ਅੱਜ ਕਾਲਜ ਦੇ ਵਿੱਚ ਮਿਸ਼ਨ ਸਮਾਈ ਦੇ ਬਸੰਤ ਪੰਚਮੀ? ਟੂਡੇ ਇਜ਼ ਅ ਵੈਰੀ ਵੈਰੀ ਹੈਪੀ ਡੇ ਜੀ। ਅੱਜ ਸਾਰੇ ਦੇ ਸਾਰੇ ਬੱਚੇ ਯੈਲੋ ਵਿੱਚ ਆਏ ਨੇ, ਬਹੁਤ ਐਕਸਾਈਟਿਡ ਨੇ, ਬਹੁਤ ਸਾਰੇ ਡਾਂਸਿਸ ਹੋ ਰਹੇ ਨੇ ਐਂਡ ਸਭ ਤੋਂ ਯੂਨੀਕ ਚੀਜ਼ ਇਹ ਹੈ ਕਿ ਸਾਡੇ ਕੋਲ ਸਾਡੀ ਹੀ ਐਲੂਮਨਾਈ ਸੋਨੀਆ ਛਾਬੜਾ ਜੀ ਪ੍ਰੈਜ਼ੀਡੈਂਟ ਨੇ ਮਿਸ਼ਨ ਸਮਾਈਲ ਦੇ, ਅਤੇ ਉਹ ਆਪਣੇ ਨਾਲ ਡਿਫਰੈਂਟਲੀ ਏਬਲਡ ਬੱਚਿਆਂ ਨੂੰ ਲੈ ਕੇ ਆਏ ਹੈ ਅਤੇ ਉਹਨਾਂ ਦੀ ਇੱਥੇ ਰੈਂਪ ਹੋ ਰਹੀ ਹੈ, ਮਾਡਲਿੰਗ ਹੋ ਰਹੀ ਹੈ ਅਤੇ ਉਹ ਵਾਕ ਕਰਨੇ ਨੇ, ਉਹਨਾਂ ਨੂੰ ਸਕੌਟ ਕਰ ਰਹੇ ਨੇ ਸਾਡੇ ਬੱਚੇ। ਅਤੇ ਅਸੀਂ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਵਿੱਚ ਇੰਨੀ ਜ਼ਿਆਦਾ ਐਮਪਥੀ ਹੈ ਕਿ ਸਾਡੇ
बच्चे जड़े है वो ही इन बच्चों अगे प्रमोट करेंगे साथ ही साथ देगा ता ही अगे बच्चे निकलेंगे। सो दोस्तों एक किन्ने धूमधाम के नाल मिशन स्माइल दे वल्लों अज स्पैशल बच्चों का इवेंट किया जा रहा है वै। सो असं आस करते कि साडा प्रोग्राम बहुत ही वधिया लग्या। लुधियाना लाइव दे पेज लाइक करो, सबसक्राइब करो, प्रोग्राम वधिया लग्या सो प्लीज़ शेयर जरूर करो। सो कैमरा परसन हरजीत दे नाल हरदीप दुआ नूं दिओ इजाजत, धन्नवाद।